ਕੋਰੋਨਾ ਵਾਇਰਸ ਵੈਕਸੀਨ ਕਦੋਂ ਆਏਗੀ ਅਤੇ ਇਸ ਦੀ ਕੀਮਤ ਕਿੰਨੀ ਹੋਵੇਗੀ? ਆਓ ਜਾਣ ਲੈਂਦੇ ਹਾਂ ਇਸ ਰਿਪੋਰਟ 'ਚ। ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾ ਮਾਮਲਾ ਦਸੰਬਰ 2019 ਦੇ ਵਿੱਚ ਚੀਨ ਦੇ ਵੁਹਾਨ ਸ਼ਹਿਰ ਵਿੱਚ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਇਸ ਵਾਇਰਸ ਨੇ ਤੇਜ਼ੀ ਦੇ ਨਾਲ ਦੁਨੀਆ ਦੇ ਦੂਜੇ ਦੇਸ਼ਾਂ ਦੇ ਵਿੱਚ ਪੈਰ ਫੈਲਾਉਣਾ ਸ਼ੁਰੂ ਕਰ ਦਿੱਤਾ। ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਤੱਕ ਤਕਰੀਬਨ 3.25 ਕਰੋੜ ਹੋ ਚੁੱਕੇ ਨੇ ਅਤੇ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਭਗ 9 ਲੱਖ ਹੈ। ਪਰ ਹੁਣ ਤੱਕ ਇਸ ਨਾਲ ਨਜਿੱਠਣ ਦੇ ਲਈ ਕੋਈ ਕਾਰਗਰ ਵੈਕਸੀਨ ਨਹੀਂ ਬਣ ਸਕੀ। ਇਸੇ ਸਾਲ 11 ਅਗਸਤ ਨੂੰ ਰੂਸ ਨੇ ਕੋਵਿਡ-19 ਦੀ ਪਹਿਲੀ ਵੈਕਸੀਨ ਨੂੰ ਰਜਿਸਟਰ ਕੀਤਾ ਅਤੇ ਇਸ ਨੂੰ ਸਪੁਤਨਿਕ ਵੀ ਦਾ ਨਾਮ ਦਿੱਤਾ ਗਿਆ। ਰੂਸ ਦਾ ਕਹਿਣਾ ਹੈ ਕਿ ਉਸਨੇ ਮੈਡੀਕਲ ਸਾਇੰਸ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ, ਪਰ ਆਲੋਚਕਾਂ ਦਾ ਦਾਅਵਾ ਹੈ ਕਿ ਇਹ ਵੈਕਸੀਨ ਕਲੀਨਿਕਲ ਟ੍ਰਾਇਲ ਦੇ ਤੀਜੇ ਪੜਾਅ ਦੇ ਵਿੱਚੋਂ ਲੰਘੀ ਨਹੀਂ ਅਤੇ ਇਸ ਕਾਰਨ ਇਹ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਵੈਕਸੀਨ ਕਾਰਗਰ ਹੋਵੇਗੀ। ਪਰ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਤਾਬਕ 34 ਕੰਪਨੀਆਂ ਕੋਰੋਨਾ ਵੈਕਸੀਨ ਬਣਾ ਰਹੀਆਂ ਨੇ ਅਤੇ ਇਹਨਾਂ ਵਿੱਚੋਂ 7 ਦੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਵੀ ਚੱਲ ਰਹੇ ਨੇ। ਉਧਰ ਦੂਜੇ ਪਾਸੇ 3 ਕੰਪਨੀਆਂ ਦੀ ਵੈਕਸੀਨ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਤੱਕ ਪਹੁੰਚ ਚੁੱਕੀ ਹੈ। WHO ਦੇ ਮੁਤਾਬਕ 142 ਕੰਪਨੀਆਂ ਵੀ ਵੈਕਸੀਨ ਬਣਾ ਰਹੀਆਂ ਨੇ ਅਤੇ ਹੁਣ ਤੱਕ ਪ੍ਰੀ ਕਲੀਨਿਕਲ ਲੈਵਲ ਤੇ ਪਹੁੰਚ ਗਈਆਂ ਨੇ। ਵਿਸ਼ਵ ਸਿਹਤ ਸੰਗਠਨ ਦੀ ਚੀਫ ਸਾਇੰਟਿਸਟ ਸੌਮਿਆ ਸਵਾਮੀਨਾਥਨ ਦੇ ਮੁਤਾਬਕ ਆਕਸਫੋਰਡ ਯੂਨੀਵਰਸਿਟੀ ਦੀ ਬਣਾਈ ਵੈਕਸੀਨ, ਜਿਸ ਨੂੰ ਐਸਟ੍ਰਾਜ਼ੈਨਿਕਾ ਵੱਡੇ ਪੱਧਰ ਤੇ ਬਣਾ ਰਹੀ ਹੈ, ਉਹ ਹੁਣ ਤੱਕ ਦੀ ਸਭ ਤੋਂ ਉੱਨਤ ਵੈਕਸੀਨ ਹੈ। BBC ਹੈਲਥ ਅਤੇ ਸਾਇੰਸ ਰਿਪੋਰਟਰ ਜੇਮਸ ਗੈਲੇਗਰ ਕਹਿੰਦੇ ਨੇ ਕਿ ਜਾਣਕਾਰਾਂ ਦੇ ਮੁਤਾਬਕ ਕੋਰੋਨਾ ਵਾਇਰਸ ਦੀ ਵੈਕਸੀਨ ਲੋਕਾਂ ਦੇ ਲਈ 2021 ਦੇ ਮੱਧ ਤੱਕ ਉਪਲਬਧ ਹੋਵੇਗੀ। ਹਾਲਾਂਕਿ ਜੇਮਸ ਇਹ ਵੀ ਕਹਿੰਦੇ ਨੇ ਕਿ ਕੋਰੋਨਾ ਵਾਇਰਸ ਪਰਿਵਾਰ ਦੇ 4 ਵਾਇਰਸ ਪਹਿਲਾਂ ਤੋਂ ਹੀ ਇਨਸਾਨਾਂ ਦੇ ਵਿੱਚ ਮੌਜੂਦ ਨੇ ਅਤੇ ਇਹਨਾਂ ਦੇ ਬਚਾਅ ਦੇ ਲਈ ਹੁਣ ਤੱਕ ਕੋਈ ਵੈਕਸੀਨ ਨਹੀਂ ਬਣ ਸਕੀ ਹੈ। ਕੋਰੋਨਾ ਵੈਕਸੀਨ ਬਣਨ ਦੀਆਂ ਖਬਰਾਂ ਦੇ ਵਿਚਾਲੇ ਹੁਣ ਵਿਗਿਆਨੀਆਂ ਸਣੇ ਆਮ ਲੋਕਾਂ ਨੂੰ ਉਮੀਦ ਹੈ ਕਿ ਵੈਕਸੀਨ ਕੁਝ ਮਹੀਨਿਆਂ ਦੇ ਵਿੱਚ ਆ ਜਾਵੇਗੀ, ਪਰ ਉਹਨਾਂ ਨੂੰ ਫਿਕਰ ਇਸ ਦੀ ਕੀਮਤ ਨੂੰ ਲੈ ਕੇ ਹੈ। ਵਿਗਿਆਨੀਆਂ ਨੂੰ ਫਿਲਹਾਲ ਇਹ ਵੀ ਚਿੰਤਾ ਹੈ ਕਿ ਕੋਰੋਨਾ ਵਾਇਰਸ ਨੂੰ ਦੂਰ ਰੱਖਣ ਦੇ ਲਈ ਵੈਕਸੀਨ ਦੀਆਂ ਕਿੰਨੀਆਂ ਡੋਜ਼ ਲੈਣੀਆਂ ਹੋਣਗੀਆਂ, ਭਾਵ ਕਿੰਨੀ ਵਾਰ ਇਹ ਵੈਕਸੀਨ ਲੱਗੇਗੀ। ਹੁਣ ਗੱਲ ਕਰਦੇ ਹਾਂ ਵੈਕਸੀਨ ਦੀ ਕੀਮਤ ਬਾਰੇ, ਜਿਸ ਦੀ ਹੁਣ ਤੱਕ ਜੋ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹੈ ਜੀ ਐਸਟ੍ਰਾਜ਼ੈਨਿਕਾ ਵੈਕਸੀਨ ਦੀ। ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਬਣਾ ਰਹੀ ਕੰਪਨੀ ਐਸਟ੍ਰਾਜ਼ੈਨਿਕਾ ਨੇ ਕਿਹਾ ਹੈ ਕਿ ਉਹ ਘੱਟ ਕੀਮਤ ਤੇ ਲੋਕਾਂ ਨੂੰ ਕੋਰੋਨਾ ਵੈਕਸੀਨ ਉਪਲਬਧ ਕਰਵਾਵੇਗੀ ਅਤੇ ਉਸ ਦੀ ਕੋਸ਼ਿਸ਼ ਹੋਵੇਗੀ ਕਿ ਉਹ ਇਸ ਨਾਲ ਮੁਨਾਫਾ ਨਾ ਕਮਾਉਣ। ਅਗਸਤ ਵਿੱਚ ਮੈਕਸੀਕੋ ਦੀ ਇੱਕ ਕੰਪਨੀ ਦੇ ਮੁਖੀ ਨੇ ਕਿਹਾ ਸੀ ਕਿ ਲੈਟਿਨ ਅਮਰੀਕਾ ਵਿੱਚ ਵੈਕਸੀਨ ਦੀ ਕੀਮਤ $4 ਪ੍ਰਤੀ ਡੋਜ਼ ਤੋਂ ਘੱਟ ਹੋਵੇਗੀ। ਭਾਰਤ ਵਿੱਚ ਇਸ ਵੈਕਸੀਨ ਨੂੰ ਵੱਡੇ ਪੱਧਰ ਤੇ ਬਣਾ ਰਹੇ ਸੀਰਮ ਇੰਸਟੀਚਿਊਟ ਨੇ ਕਿਹਾ ਹੈ ਕਿ ਭਾਰਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਲਈ ਇਸ ਵੈਕਸੀਨ ਦੀ ਕੀਮਤ $3 ਭਾਵ 220 ਰੁਪਏ ਦੇ ਕਰੀਬ ਹੋਵੇਗੀ। ਉਧਰ ਦੂਜੇ ਪਾਸੇ ਇਟਲੀ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਯੂਰਪ ਦੇ ਵਿੱਚ ਇਸ ਦੀ ਕੀਮਤ 2.5 ਯੂਰੋ ਤੱਕ ਹੋ ਸਕਦੀ ਹੈ। ਅਗਸਤ ਵਿੱਚ ਹੀ ਕੋਰੋਨਾ ਵੈਕਸੀਨ ਦੇ ਲਈ ਆਸਟ੍ਰੇਲੀਆ ਨੇ ਵੀ ਐਸਟ੍ਰਾਜ਼ੈਨਿਕਾ ਦੇ ਨਾਲ ਕਰਾਰ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਉਹ ਆਪਣੇ ਸਾਰੇ ਨਾਗਰਿਕਾਂ ਨੂੰ ਕੋਰੋਨਾ ਦੀ ਵੈਕਸੀਨ ਮੁਫਤ ਦੇ ਵਿੱਚ ਦੇਣਗੇ। ਇਸ ਦੇ ਲਈ ਸਰਕਾਰ ਕੀ ਕੀਮਤ ਅਦਾ ਕਰੇਗੀ, ਇਸ ਉੱਤੇ ਅਜੇ ਤੱਕ ਕੁਝ ਨਹੀਂ ਕਿਹਾ ਗਿਆ। ਹੁਣ ਗੱਲ ਸਨੋਫੀ ਪਾਸਚਰ ਦੀ ਵੈਕਸੀਨ ਦੀ। ਫਰਾਂਸ ਵਿੱਚ ਸਨੋਫੀ ਦੇ ਮੁਖੀ ਓਲੀਵੀਅਰ ਬੋਗਿਲੋਟ ਨੇ 5 ਸਤੰਬਰ ਨੂੰ ਕਿਹਾ ਕਿ ਉਹਨਾਂ ਦੀ ਆਉਣ ਵਾਲੀ ਕੋਵਿਡ-19 ਵੈਕਸੀਨ ਦੀ ਕੀਮਤ 10 ਯੂਰੋ ਪ੍ਰਤੀ ਡੋਜ਼ ਭਾਵ ਕਰੀਬ 900 ਰੁਪਏ ਤੋਂ ਘੱਟ ਹੋ ਸਕਦੀ ਹੈ। ਖਬਰ ਏਜੰਸੀ ਰਾਈਟਰਸ ਦੇ ਮੁਤਾਬਕ ਬੋਗਿਲੋਟ ਨੇ ਫਰਾਂਸ ਇੰਟਰ ਰੇਡੀਓ ਨੂੰ ਕਿਹਾ ਕਿ ਕੀਮਤ ਪੂਰੀ ਤਰ੍ਹਾਂ ਨਾਲ ਨਿਰਧਾਰਿਤ ਨਹੀਂ ਹੈ। ਅਸੀਂ ਆਉਣ ਵਾਲੇ ਮਹੀਨਿਆਂ 'ਚ ਉਤਪਾਦਨ ਉੱਤੇ ਹੋਣ ਵਾਲੀ ਲਾਗਤ ਦਾ ਐਨਾਲਿਸਿਸ ਕਰ ਰਹੇ ਹਾਂ। ਸਾਡੀ ਵੈਕਸੀਨ ਦੀ ਕੀਮਤ 10 ਯੂਰੋ ਤੋਂ ਘੱਟ ਹੋਵੇਗੀ। ਦੁਨੀਆ ਭਰ ਦੇ ਦਵਾਈ ਨਿਰਮਾਤਾ ਅਤੇ ਸਰਕਾਰੀ ਏਜੰਸੀਆਂ ਮਹਾਮਾਰੀ ਨਾਲ ਲੜਨ ਅਤੇ ਵੈਕਸੀਨ ਵਿਕਸਿਤ ਕਰਨ ਦੀ ਰੇਸ ਦੇ ਵਿੱਚ ਦੌੜ ਰਹੀਆਂ ਨੇ। ਸਨੋਫੀ ਦੀ ਮੁਕਾਬਲੇ ਵਾਲੀ ਕੰਪਨੀ ਐਸਟ੍ਰਾਜ਼ੈਨਿਕਾ ਦੀ ਡੋਜ਼ ਦੀ ਕੀਮਤ ਘੱਟ ਹੋਣ ਦੇ ਬਾਰੇ ਬੋਗਿਲੋਟ ਦਾ ਕਹਿਣਾ ਹੈ ਕਿ ਕੀਮਤਾਂ 'ਚ ਅੰਤਰ ਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਅਸੀਂ ਆਪਣੇ ਮੁਲਕ 'ਚ ਮੌਜੂਦ ਰਿਸੋਰਸਿਸ ਦਾ ਇਸਤੇਮਾਲ ਕਰ ਰਹੇ ਹਾਂ, ਆਪਣੇ ਖੁਦ ਦੇ ਖੋਜਾਰਥੀ ਅਤੇ ਰਿਸਰਚ ਸੈਂਟਰਸ ਦਾ ਇਸਤੇਮਾਲ ਕਰ ਰਹੇ ਹਾਂ। ਐਸਟ੍ਰਾਜ਼ੈਨਿਕਾ ਆਪਣੇ ਪ੍ਰੋਡਕਸ਼ਨ ਨੂੰ ਆਊਟਸੋਰਸ ਕਰਦਾ ਹੈ। ਆਓ ਹੁਣ ਗੱਲ ਕਰਦੇ ਹਾਂ ਚੀਨੀ ਕੰਪਨੀ ਸਾਈਨੋਫਾਰਮ ਦੀ ਵੈਕਸੀਨ ਦੀ। ਚੀਨੀ ਦਵਾਈ ਕੰਪਨੀ ਸਾਈਨੋਫਾਰਮ ਦੇ ਚੇਅਰਮੈਨ
ਲੀਓ ਜ਼ਿੰਗਜੇਨ ਨੇ ਅਗਸਤ 'ਚ ਕਿਹਾ ਸੀ ਕਿ ਕੰਪਨੀ ਜਿਹੜੀ ਵੈਕਸੀਨ ਬਣਾ ਰਹੀ ਹੈ ਉਸਦਾ ਤੀਜੇ ਪੜਾਅ ਦਾ ਕਲੀਨਿਕਲ ਟ੍ਰਾਇਲ ਪੂਰਾ ਹੋ ਚੁੱਕਿਆ। ਉਹਨਾਂ ਨੇ ਕਿਹਾ ਸੀ ਕਿ ਇੱਕ ਵਾਰ ਬਾਜ਼ਾਰ ਦੇ ਵਿੱਚ ਵੈਕਸੀਨ ਉਤਾਰੀ ਜਾਵੇਗੀ ਤਾਂ ਇਸ ਦੇ 2 ਡੋਜ਼ ਦੀ ਕੀਮਤ 1000 ਚੀਨੀ ਯੁਆਨ ਯਾਨੀ ਕਰੀਬ 10,000 ਰੁਪਏ ਤੋਂ ਘੱਟ ਹੋਵੇਗੀ। ਹਾਲਾਂਕਿ ਜਾਣਕਾਰਾਂ ਦਾ ਕਹਿਣਾ ਹੈ ਕਿ ਸਿਹਤ ਕਰਮੀਆਂ ਅਤੇ ਵਿਦਿਆਰਥੀਆਂ ਨੂੰ ਵੈਕਸੀਨ ਦੀ ਡੋਜ਼ ਮੁਫਤ ਦੇ ਵਿੱਚ ਦੇਣੀ ਚਾਹੀਦੀ ਹੈ। ਚੀਨੀ ਸਿਹਤ ਅਧਿਕਾਰੀਆਂ ਦੇ ਮੁਤਾਬਕ ਜੇ ਇਸ ਵੈਕਸੀਨ ਨੂੰ ਰਾਸ਼ਟਰੀ ਟੀਕਾਕਰਨ ਅਭਿਆਨ 'ਚ ਸ਼ਾਮਿਲ ਕੀਤਾ ਗਿਆ ਹੈ ਤਾਂ ਜਿਹੜੇ ਲੋਕਾਂ ਦੇ ਨਾਮ ਇਸ ਅਭਿਆਨ ਦੇ ਨਾਲ ਜੁੜੇ ਨੇ ਉਹਨਾਂ ਨੂੰ ਇਹ ਵੈਕਸੀਨ ਸਰਕਾਰੀ ਖਰਚੇ 'ਤੇ ਮਿਲ ਸਕੇਗੀ। ਫਿਲਹਾਲ ਕੰਪਨੀ ਦੇ ਚੇਅਰਮੈਨ ਲੀਓ ਨੇ ਇਸ ਵੈਕਸੀਨ ਦੇ 2 ਡੋਜ਼ ਲਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੇ ਕੋਈ ਸਾਈਡ ਇਫੈਕਟ ਨਹੀਂ ਹਨ। ਮਾਡਰਨਾ ਦੀ ਵੈਕਸੀਨ ਦੀ ਗੱਲ ਕਰਦੇ ਹਾਂ, ਅਗਸਤ ਵਿੱਚ ਮਾਡਰਨਾ ਕੰਪਨੀ ਨੇ ਕਿਹਾ ਸੀ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਕੁਝ ਉਪਭੋਗਤਾਵਾਂ ਨੂੰ ਵੈਕਸੀਨ $33 ਤੋਂ $37 ਕਰੀਬ 2500 ਰੁਪਏ ਤੱਕ ਦੀ ਕੀਮਤ ਵਿੱਚ ਉਪਲਬਧ ਕਰਾਈ ਜਾਵੇਗੀ। ਕੈਂਬਰਿਜ ਦੇ ਵਿੱਚ ਮੌਜੂਦ ਇਸ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੀਫਨ ਬੌਂਸਲ ਨੇ ਕਿਹਾ ਸੀ ਕਿ ਮਹਾਮਾਰੀ ਦੇ ਦੌਰਾਨ ਵੈਕਸੀਨ ਦੀ ਕੀਮਤ ਜਿੰਨੀ ਹੋ ਸਕੇਗੀ ਓਨੀ ਹੀ ਘੱਟ ਰੱਖੀ ਜਾਵੇਗੀ। ਉਹਨਾਂ ਨੇ ਕਿਹਾ ਕਿ ਕੰਪਨੀ ਮੰਨਦੀ ਹੈ ਕਿ ਮਹਾਮਾਰੀ ਦੇ ਮੁਸ਼ਕਲ ਦੌਰ ਵਿੱਚ ਸਾਰਿਆਂ ਨੂੰ ਵੈਕਸੀਨ ਮਿਲਣੀ ਚਾਹੀਦੀ ਹੈ, ਪਰ ਇਸ ਦੇ ਲਈ ਕੀਮਤ ਰੁਕਾਵਟ ਨਹੀਂ ਹੋਣੀ ਚਾਹੀਦੀ। ਅਖੀਰ ਵਿੱਚ ਗੱਲ ਕਰਦੇ ਹਾਂ ਫਾਈਜ਼ਰ ਦੀ ਵੈਕਸੀਨ ਦੀ। ਇਸੇ ਸਾਲ ਜੁਲਾਈ ਵਿੱਚ ਅਮਰੀਕੀ ਸਰਕਾਰ ਨੇ ਕੋਰੋਨਾ ਵੈਕਸੀਨ ਦੇ ਲਈ ਫਾਈਜ਼ਰ ਅਤੇ ਬਾਇਓਐਨਟੇਕ ਕੰਪਨੀ ਦੇ ਨਾਲ $1.97 ਅਰਬ ਦਾ ਕਰਾਰ ਕੀਤਾ ਸੀ। ਫਾਈਜ਼ ਫਾਰਮਾ ਦੇ ਵਿੱਚ ਪਬਲਿਸ਼ ਇੱਕ ਖਬਰ ਦੇ ਮੁਤਾਬਕ SVB ਲੇਰਿੰਕ ਦੇ ਵਿਸ਼ਲੇਸ਼ਕ ਜ਼ੋਫਰੀ ਪ੍ਰੋਜਰੇਸ ਦੇ ਮੁਤਾਬਕ ਫਾਈਜ਼ਰ ਅਤੇ ਬਾਇਓਐਨਟੇਕ ਦਾ ਕਹਿਣਾ ਹੈ ਕਿ ਉਹ ਆਪਣੀ mRNA ਆਧਾਰਿਤ ਕੋਰੋਨਾ ਵੈਕਸੀਨ ਅਮਰੀਕੀ ਸਰਕਾਰ ਨੂੰ $19.50 ਪ੍ਰਤੀ ਡੋਜ਼ ਭਾਵ 1500 ਰੁਪਏ ਦੇ ਹਿਸਾਬ 'ਚ ਵੇਚਣ ਵਾਲੇ ਹੈ, ਜਿਸ ਵਿੱਚ ਉਹਨਾਂ ਨੂੰ 60% ਤੋਂ 80% ਤੱਕ ਦਾ ਮੁਨਾਫਾ ਹੋ ਸਕਦਾ ਹੈ। ਵਿਅਕਤੀ ਨੂੰ ਇਸ ਵੈਕਸੀਨ ਦੇ 2 ਸ਼ੁਰੂਆਤੀ ਡੋਜ਼ ਅਤੇ ਇੱਕ ਬੂਸਟਰ ਡੋਜ਼ ਦੀ ਜ਼ਰੂਰਤ ਹੋਵੇਗੀ ਅਤੇ ਇਸ ਦੇ ਲਈ ਆਮ ਵਿਅਕਤੀ ਨੂੰ $40 ਤੱਕ ਦੇਣੇ ਪੈ ਸਕਦੇ ਨੇ। ਉਹਦਾ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਇਸ ਦੀ ਕੀਮਤ ਕਰੀਬ $20 ਤੱਕ ਹੋ ਸਕਦੀ ਹੈ।